ਆਪਾਂ ਇੱਕ ਬਾਈ ਵੀਡੀਓ ਵੇਖੀ ਸੀ, ਕਹਿੰਦੇ ਵੀ ਲੌਕ ਐਂ ਖੁੱਲ੍ਹ ਜਾਂਦਾ ਜੇਕਰ ਚਾਬੀ ਵੀ ਅੰਦਰ ਰਹਿ ਜੇ, ਤਾਂ ਵੀ ਬਿਨਾਂ ਚਾਬੀ ਤੋਂ ਲੌਕ ਖੁੱਲ੍ਹ ਜਾਂਦਾ। ਆਪਾਂ ਅੱਜ ਤੁਹਾਨੂੰ ਕਰਕੇ ਦਿਖਾਉਂਦੇ, ਆਪਾਂ ਇੱਕ ਵੀਡੀਓ ਦੇਖੀ ਸੀ, ਤੁਸੀਂ ਵੀ ਦੇਖੀ ਹੋਣੀ। ਅਤੇ ਮਤਲਬ ਕਹਿੰਦੇ ਵੀ ਗੱਡੀ ਉਹਦੇ ਨਾਲ ਚੋਰੀ ਵੀ ਹੋ ਸਕਦੀ ਹੈ, ਵੀ ਸਿਕਿਉਰਿਟੀ ਹੈ ਨਹੀਂ ਗੱਡੀਆਂ ਦੀ ਐਡੀ। ਅਤੇ ਅੱਜ ਆਪਾਂ ਦਿਖਾਉਂਦੇ ਸਵਿਫਟ BDI ਹੈ, ਇਹ 14 ਮਾਡਲ ਹੈ। ਅਤੇ ਹੁਣ ਆਪਾਂ ਜਦੋਂ ਦਿਖਾਉਂਦੇ ਹਾਂ ਵੀ ਲੌਕ ਖੁੱਲ੍ਹਦਾ ਕਿ ਨਾ, ਉਹੀ ਤਰੀਕੇ ਨਾਲ ਵਰਤ ਕੇ ਦੇਖਾਂ ਆਪਾਂ ਵੀ ਲੌਕ ਖੋਲ੍ਹ ਸਕਦੇ ਹਾਂ। ਆਹ ਲਾਤਾ ਆਪਣੇ ਲੌਕ ਬਈ, ਅਤੇ ਹੁਣ ਦੇਖ ਲਓ ਵੀ, ਚੈੱਕ ਕਰਾ ਦਿਓ ਵੀ ਲੌਕ ਲੱਗ ਗਿਆ। ਅਤੇ ਲੱਗ ਗਿਆ ਲੌਕ, ਅਤੇ ਹੁਣ ਦੇਖਦੇ ਹਾਂ ਉਹੀ ਤਰੀਕੇ ਨਾਲ ਆਪਾਂ। ਬਾਈ ਨੇ ਕੀ ਕੀਤਾ ਸੀਗਾ, ਇੱਥੋਂ ਲੌਕ ਜਿਹੜਾ ਇਹਦਾ ਲੌਕ ਹੁੰਦਾ ਹੈ ਬੋਨਟ ਦਾ, ਇੱਥੋਂ ਅੰਦਰੋਂ ਦੱਬ ਕੇ ਖੋਲ੍ਹਤਾ। ਲੈ ਵੀ ਚੈੱਕ ਕਰੋ ਹੁਣ ਵੀ ਖੁੱਲ੍ਹਦਾ ਕਿ ਨਾ। ਉਵੇਂ ਚਾਬੀ ਮੇਰੇ ਕੋਲ, ਮੈਂ ਚਾਬੀ ਦਿੰਦਾ ਨਹੀਂ, ਜੇਕਰ ਤੁਸੀਂ ਖੋਲ੍ਹ ਲਈ ਤਾਂ ਠੀਕ ਹੈ, ਪਤਾ ਲੱਗ ਜੂ ਆਪਾਂ ਨੂੰ ਵੀ ਲੌਕ ਖੁੱਲ੍ਹ ਜਾਂਦਾ ਐਵੇਂ ਕਿ ਨਾ। ਅਤੇ ਤੂੰ ਦੇਖ, ਤੂੰ ਦੇਖ ਜਿਹੜਾ ਮੂਹਰੇ ਹੁੰਦਾ ਹੈ, ਮਤਲਬ ਕਿ ਊਂ ਇੱਥੇ ਦੋ ਦੋ ਲੌਕ ਹੁੰਦੇ ਨੇ ਇੱਥੇ, ਹੈ ਨਾ। ਊਂ ਜਾਂ ਤਾਂ ਦੋ ਗੱਡੀ ਦੇ ਵਿੱਚ ਤਬਦੀਲੀ ਸੀ ਕੋਈ ਬਾਈ, ਇਹ 'ਚ ਉਹ ਲੌਕ ਦਿਸਦਾ ਥੱਲੋਂ। ਇੱਕ ਮਿੰਟ ਥੱਲੇ ਬਹਿ ਕੇ ਤੂੰ ਦੇਖੀ, ਤੂੰ ਬਹਿ ਕੇ ਦੇਖੀ, ਇੱਥੇ ਹੋਊਗਾ। ਇੱਕ ਵਾਰੀ ਊਂ ਖੋਲ੍ਹ ਕੇ ਦੇਖੀ ਇਹਦੇ ਨਾਲ ਚਾਬੀ ਨਾਲ, ਖੋਲ੍ਹ ਕੇ ਇੱਕ ਵਾਰੀ ਖੋਲ੍ਹ ਕੇ ਦੇਖਦੇ ਵੀ ਲੌਕ ਕਿੱਥੇ ਜਾ, ਆਪਾਂ ਫਿਰ ਉਸ ਹਿਸਾਬ ਨਾਲ ਦੇਖਾਂਗੇ, ਫਿਰ ਪਤਾ ਲੱਗ ਜੂ ਵੀ ਉਹ ਚੀਜ਼ ਸੱਚ ਹੈਗੀ ਹੈ ਜਾਂ ਨਾ। ਚੱਲ ਕੇ ਨਾ ਦੇਖਦੇ ਹਾਂ ਖੋਲ੍ਹ ਕੇ ਵੈਸੇ। ਲੌਕ ਆ ਰਿਹਾ ਹੈ ਨਾ, ਇਹਨੂੰ ਲਾਣਾ ਲਾਣਾ ਇਹਨੂੰ ਐਂ ਚੱਕਣਾ, ਇੱਥੇ ਨਿਸ਼ਾਨੀ ਲਾ ਲੈ, ਇੱਥੇ ਉਰੇ ਹੈ, ਉਰੇ ਅਤੇ ਇੱਥੇ ਨਿਸ਼ਾਨੀ ਲਾ ਲਈ। ਹੁਣ ਆਪਾਂ ਦੁਬਾਰੇ ਦੇਖਾਂਗੇ ਲਾ ਦੇ ਇਹਨੂੰ, ਜੇਕਰ ਇੱਥੋਂ ਖੁੱਲ੍ਹ ਗਿਆ ਤਾਂ ਗੱਡੀ ਵਾਲਿਆਂ ਦੀ ਗਲਤੀ ਬਹੁਤ ਵੱਡੀ, ਤਾਂ ਵੀ ਸਿਕਿਉਰਿਟੀ ਹੈ ਨਹੀਂ ਇਹਦੀ ਕੋਈ, ਚੱਕਣਾ ਪਊਗਾ, ਚੱਕਿਆ ਕਿਵੇਂ ਜਾਊਗਾ। ਚੱਲ ਦੇਖਦੇ ਹਾਂ, ਜਿਵੇਂ ਉਹ ਬਾਈਆਂ ਨੇ ਕੁਛ ਤਾਂ ਕਰੀ ਸੀਗਾ। ਇੱਥੋਂ ਦੇਖ ਲੌਕ, ਇੱਕ ਮਿੰਟ ਲੌਕ ਲਾਤਾ ਹੁਣ ਗੱਡੀ ਦਾ, ਲੌਕ ਲਾਤਾ ਗੱਡੀ ਦਾ। ਤੇ ਫਿਰ ਉਹਨਾਂ ਨੇ ਕਿਵੇਂ ਖੋਲ ਲਿਆ ਯਾਰ ਬਾਈ? ਉਹਨਾਂ ਨੇ ਫਿਰ ਬੜਾ ਖੋਲਿਆ ਬਾਈ ਯਾਰ। ਉਹਨਾਂ ਦਾ ਪੇਚਕਸ ਨਾਲ ਵੀ ਖੋਲਤਾ ਦੀ ਬਾਈ, ਇੱਕ ਮਿੰਟ ਇੱਧਰ ਮੈਨੂੰ ਥੋੜ੍ਹੇ ਦਿਖਾਉਣ ਦੇ। ਹਾਂ ਚੱਲ ਖੋਲ ਇਹ, ਆ ਦੇਖ ਇੱਥੋਂ ਨਾ ਹੁਣ ਵੀ ਨਹੀਂ ਖੁੱਲਦਾ। ਹਾਂ ਬਾਈ ਗੱਲ ਹੈਗੀ ਹੈ, ਫਿਰ ਬਾਈ ਜਾਂ ਤਾਂ ਗੱਡੀ ਨੀਵਾਂ ਮਾਡਲ ਗੱਡੀਆਂ ਦਾ ਖੁੱਲਦਾ। ਹਾਂ ਮਤਲਬ ਕਿ ਸਕਿਉਰਿਟੀ ਤਾਂ ਪੂਰੀ ਹੈ ਗੱਡੀ ਦੀ, ਖੁੱਲਦਾ ਨਹੀਂ ਹੈਗਾ ਨਾ ਇਹ, ਤਾਂ ਇੰਨਾ ਖੁੱਲ੍ਹ ਕੇ ਵੀ ਮਸਾਂ ਖੁੱਲ੍ਹੇ। ਆਹ ਚੀਜ਼ ਹਟਦੇ ਬਾਈ, ਆਹ ਚੀਜ਼ ਬਾਈ ਪਹਿਲੀ ਲੱਗ ਜਾਂਦੀ, ਪੇਚਕਸ ਤਾਂ ਜਾਂਦੀ ਨਹੀਂ ਅੱਗੇ। ਮਤਲਬ ਕਿ ਆਹ ਸਾਰੀ ਆਹ ਜਿਹੜੀ ਲੋਹੇ ਦੀ ਬਾਡੀ ਜੀ, ਆਹ ਵੀ ਉਹ ਜਰ ਗੱਡੀ ਜੇ ਫਰਕ ਹੋਣਾ ਹਨਾ, ਜੇ ਤਾਂ ਕੋਈ ਪੇਚਕਸ ਨਹੀਂ ਖੋਲਦਾ ਤਾਂ ਹੁਣ ਸੱਬਰ ਪਾ ਕੇ ਤਾਂ ਵੱਡੇ ਹੀ ਜਾਊਗਾ ਦੇਖ। ਬਾਕੀ ਬਾਈ ਧੱਕੀ ਨੇ ਚੋਰੀ ਕਰਨੀ ਉਹ ਤਾਂ ਬਾਈ, ਬਾਕੀ ਕੁਛ। ਤੇ ਉਹ ਤੋਂ ਬਾਅਦ ਬਈਆਂ ਨੇ ਇੱਥੇ ਆਹ ਚੀਜ਼ ਖੋਲੀ ਦੀ, ਇੱਥੋਂ ਤਾਂ ਹੋ ਜਾਂਦਾ ਹਨਾ ਸੈਂਟਰ ਲੌਕ ਵੀ, ਜਿਵੇਂ ਹੋ ਜਾਂਦਾ ਇੱਥੋਂ, ਇੱਥੋਂ ਤਾਂ ਫਿਰ ਉਹ ਕਰੰਟੇ ਛੱਡ ਜੂ ਆਰ ਪੱਟ ਦੇ, ਆ ਇੱਥੋਂ ਦਾ ਹੋ ਜੂ ਬਈ, ਉਹ ਤਾਂ ਮੰਨਦੇ ਆ ਉਹ ਗੱਲ ਸਹੀ ਹੈ, ਇੱਥੋਂ ਹੋ ਜਾਂਦਾ। ਜਿਹੜਾ ਜਿਹੜੀਆਂ ਜਿਹਦੇ ਅੰਦਰ ਆਟੋਮੈਟਿਕ ਹੁੰਦਾ BDA ਚ, ਜਿਵੇਂ ਜੇ ਲਵਾਉਂਦੇ ਨੇ ਉਹਨਾਂ ਦੇ ਖੁੱਲੂਗਾ, ਇਹਨਾਂ ਦੇ ਨਹੀਂ ਖੁੱਲਦਾ ਵੀ। ਜਿਵੇਂ ਆ ਤਾਂ ਗੱਲ ਸਹੀ ਹੈ ਚੱਲ, ਪਰ ਆ ਨਹੀਂ ਮੂਹਰੇ ਖੁੱਲਦਾ ਸੈਂਟਰ ਲੌਕ, ਨਹੀਂ ਨਾ ਉਹ ਤਾਂ ਨਹੀਂ ਖੁੱਲਦੀ, ਉਹ ਤਾਂ ਹੀ ਰਹੂਗੀ। ਹਾਂ ਪਰ ਜਿਹੜੀ ਮੂਹਰੇ ਪੰਗਿਆ ਤਾਂ ਕੋਈ ਨਹੀਂ ਖੁੱਲਦਾ। ਠੀਕ ਹੈ ਦੋਸਤੋ ਬਾਈ, ਮਤਲਬ ਕਿ ਸਕਿਉਰਿਟੀ ਹੈਗੀ ਗੱਡੀ ਦੀ, ਐਂ ਲੌਕ ਖੋਲ੍ਹਣੇ ਸੌਖੇ ਨਹੀਂ ਪਏ ਇਹਨਾਂ ਦੇ, ਕੰਪਨੀ ਬਹੁਤ ਸੋਚ ਸਮਝ ਕੇ ਬਣਾਉਂਦੀ ਹੈ। ਹਾਂ ਐਂ ਜੀ ਐਂ ਖੁੱਲ੍ਹਣ ਲੱਗੇ ਬਾਈ, ਫਿਰ ਤਾਂ ਯਾਰ ਪੱਟੀ ਖੜੇ ਨੇ ਉਹ, ਚੋਰੀਆਂ ਹੋ ਜਾਣਾ ਖੜੇ ਖੜੇ ਉਹ ਪਹਿਲਾਂ ਸੋਚਦੇ ਨੇ।